ਮੇਰਾ ਗਿਆਨ ਕੌਰ ਜੀ ਚੱਕ ਮੇਰਾ ਬਹਾਦਰਗੜੋਂ ਕੀ ਨਾਮ ਸਰ ਮੈਂ ਤਾਂ ਸਵਾਦ ਦੇ ਭਲੇ ਵਾ ਅਤੇ ਮੰਗਣੀ ਹਾਂ ਮੈਂ ਆਉਂਦੀ ਹਾਂ ਵੀ ਮੈਨੂੰ ਚੈੱਕ ਆਏ ਮਹੀਨੇ ਮੈਨੂੰ ਘਰ ਪਹੁੰਚ ਜੇ ਕਰੇ ਕਿਉਂ ਬੱਚੇ ਮੇਰੇ ਯਾਤਰਾ ਦੇ ਮੈਂ ਕਿਤੇ ਜਾ ਨਹੀਂ ਸਕਦੀ ਲੈ ਆਉਂਦੇ ਹਾਂ ਭਲਾ ਵੀ ਉਹਨਾਂ ਦਾ ਜਿਨ੍ਹਾਂ ਮੈਨੂੰ ਦਵਾਇਆ ਹੈ ਸਾਡੀ ਕੁੜੀ ਦੇ ਦੋ ਇਹ 'ਚ ਕਾਫੀ ਚੇਰੀ ਹੋ ਗਿਆ ਹੈ ਪਈ ਨੂੰ ਤੇ ਦੂਜੀ ਨੂੰ 4 ਮਹੀਨੇ ਹੋ ਗਏ ਨੇ ਪੂਰੀ ਡੈਟ ਹੋਈ ਜੀ ਉਹਦੀ ਹੋਰ ਵੀ ਕਿਸੇ ਪਾਸੇ ਕੋਈ ਮਦਦ ਆਉਂਦੀ ਹੈ ਨਾ ਜੀ ਕੋਈ ਸਰਕਾਰ ਵੱਲੋਂ ਨਾ ਕੁਛ ਨਹੀਂ ਸਾਨੂੰ ਜੀ ਇਹ ਸਾਨੂੰ 5000 ਆਉਂਦਾ ਤੁਹਾਡੇ ਤੇ ਸਾਡੇ ਹੁਣ 2 ਰਹਿ ਗਏ ਨੇ ਤੇ ਕਿੰਨੇ ਸੀ ਪਹਿਲਾਂ ਪਹਿਲਾਂ ਸਾਡੇ 3 ਸੀ ਇਤਨੇ ਬੱਚੇ ਪਏ ਮੈਂ ਤਿੰਨੋ ਇਦਾਂ ਪਏ ਸੀ ਹਾਂ ਕਿੰਨਾ ਹੀ ਇਦਾਂ ਪਏ ਸੀ ਜਿਹੜੀ ਡੈਥ ਹੋਈ ਲੜਕੀ ਦੀ ਉਹ ਕਦੋਂ ਹੋਈ ਹੈ ਉਹਨੂੰ 4 ਮਹੀਨੇ ਹੋ ਗਏ ਨੇ ਤੇ ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਬੱਚਿਆਂ ਜੋਗੇ ਸਾਨੂੰ ਕੋਈ ਰੋਜ਼ੀ ਵਾਤੇ ਕੋਈ ਸਾਨੂੰ ਆਏ ਮਹੀਨੇ ਕੋਈ ਮਿਲ ਜਾਵੇ ਪੈਸਣ ਮਿਲ ਜਾਵੇ ਜਾਂ ਸਾਨੂੰ ਕੋਈ ਰਾਸ਼ਨ ਮਿਲ ਜਾਵੇ ਤਾਂ ਵੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਾਂਗੇ ਨਸੀਬ ਸਿੰਘ ਕਹਿਣਾ ਚਾਹੁੰਦਾ ਵੀ ਪਰਿਵਾਰ ਦੇ ਬੱਚੇ ਕਾਫੀ ਸਮੇਂ ਤੋਂ ਹੀ ਮੰਜੇ 'ਤੇ ਬਿਮਾਰ ਪਏ ਨੇ ਇਹਨੂੰ ਹੋਰ ਕਿਤੋਂ ਕੋਈ ਸਹਾਇਤਾ ਨਹੀਂ ਮਿਲ ਰਹੀ ਜੋ ਸਰਬੱਤ ਦਾ ਭਾਲੇ ਵਾਲ ਜੋ ਸੁਸਾਇਟੀ ਬਣੀ ਜੋ ਵੀ ਹੈ ਬਹਾਦਰਗੜ੍ਹ ਉਹਨਾਂ ਦੀ ਮਦਦ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਧੰਨਵਾਦ ਦਵਾਉਣ ਵਾਲਿਆਂ ਦਾ ਵੀ ਅਤੇ ਦੇਣ ਵਾਲਿਆਂ ਦਾ ਵੀ ਬਹੁਤ ਧੰਨਵਾਦ ਉਹਨਾਂ ਨੂੰ ਸਰਕਾਰ ਨੂੰ ਕੋਈ ਵਿਚਾਰ ਮਤ ਨਹੀਂ ਆ ਰਹੀ ਉਹਨੂੰ ਕੋਈ ਮਤ ਨਹੀਂ ਆ ਰਹੀ ਮੈਂ ਦੇਖਿਆ ਇੱਥੇ ਤਾਂ ਦੇਖਿਆ ਨਹੀਂ ਕੋਈ ਆਇਆ ਸਰਕਾਰੀ ਜਨਮ ਤੋਂ ਹੀ ਆ ਦੇਖ ਤਕਰੀਬਨ ਜਨਮ ਤੋਂ ਹੀ ਆ ਜੀ ਇਹਦੇ ਬੱਚੇ ਜਨਮ ਤੋਂ ਹੀ ਦੇਖੇ ਤਾਂ ਜਨਮ ਤੋਂ ਦੇਖ ਰਹੇ ਜੀ ਬਸ ਜੇ ਸਰਕਾਰ ਵੀ ਇਹਦੀ ਕੋਈ ਮਦਦ ਕਰੇ ਤਾਂ ਬਹੁਤ ਵਧੀਆ ਹੋਏਗਾ ਜੀ ਸਰਕਾਰ ਵੀ ਜਿੰਨਾ ਹੋ ਸਕੇ ਕਿ ਮੰਜੇ 'ਤੇ ਪਏ ਨੇ ਕੋਈ ਇਹਨਾਂ ਦੇ ਘਰ ਵਾਲਾ ਵੀ ਡੈਥ ਹੋ ਗਈ ਸੀ ਉਹ ਵੀ ਬਾਹਰ ਕੰਮ ਕਰ ਗਏ ਸੀ ਉਹ ਗੋਲੀ ਨਾਲ ਡੈਥ ਹੋ ਗਈ ਸੀ ਇਹਨਾਂ ਦੇ ਘਰ ਵਾਲਿਆਂ ਦੀ ਗੋਲੀ ਮਾਰੀ ਗਈ ਸੀ ਇਹਨਾਂ ਦੇ ਅਤੇ ਕਿਸੇ ਪਾਸੇ ਹੋਰ ਸਰਕਾਰ ਨੂੰ ਮਦਦ ਹੋਣੀ ਚਾਹੀਦੀ ਹੈ ਕੀ ਆਪਣਾ ਮੇਰਾ ਨਾਮ ਅਮਰਜੀਤ ਸਿੰਘ ਪੰਨੂ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਦਾ ਮੈਂਬਰ ਹੈਗਾ ਰਾਜਪੁਰੇ ਸਰਕਲ ਤੋਂ ਤਾਂ ਇਹ ਜਿਹੜੀ ਊਰ ਨੇ ਪਿੰਡ ਦੇ ਵਿੱਚ ਗਿਆਨ ਕੌਰ ਦੀ ਪੈਨਸ਼ਨ ਲਈ ਸਰਬੱਤ ਦੇ ਭਲੇ ਸਰਦਾਰ SB ਅਭਰਾਏ ਸਿੰਘ ਜੀ ਵੱਲੋਂ ਆ ਕੇ ਖੁਦ ਲਾਏ ਗਏ ਸਨ 5000 ਰੁਪਏ ਮਹੀਨੇ ਦਾ ਚੈੱਕ ਇਹਨਾਂ ਦੇ ਘਰ ਹਰ ਵਾਰ ਦੇਣ ਆਉਂਦੇ ਆ ਤਾਂ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਹੈ ਸਰਬੱਤ ਦੇ ਭਲੇ ਨਹੀਂ ਕਰੇ ਸਰਕਾਰ ਨੇ ਕੋਈ ਵੀ ਇਹਨਾਂ ਦੀ ਕਿਸੇ ਸਰਕਾਰ ਨੇ ਕੋਈ ਇਹਨਾਂ ਦੀ ਮਦਦ ਨਹੀਂ ਕੀਤੀ ਹੈਗੀ ਪਰ ਮੈਂ ਸਰਬੱਤ ਦੇ ਭਲੇ ਸਰਦਾਰ ਅਭਰਾਏ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਗਰੀਬ ਪਰਿਵਾਰਾਂ ਦੀ ਮਦਦ ਕਰ ਰਿਹਾ
ਨਾ ਤਨਖਾਹ ਉਹ ਵੀ ਦੋ ਵਾਰੀ ਸਾਨੂੰ ਕੋਈ ਨਹੀਂ ਮਿਲੀ ਤੇ ਬਾਕੀ ਦੀ ਸਾਨੂੰ ਜਿਹੜੀ ਇੱਥੇ